ਮੈਂ ਲੰਗਰ ਕਰਕੇ ਪੇਟ ਖਾ ਲਿਆ। ਇੱਕ ਡੀਐਸਐਲ ਚੇਂਜ ਕੀਤਾ ਜੇ ਅਜ਼ਾਨ ਵਾਸਤੇ 4 ਮਿੰਟ ਇਹ ਰੁਕਣ ਦੇ ਆਉਣ ਬਾਸ ਬੇਲ ਸਾਹਿਬ, ਉਸ ਤੋਂ ਬਾਅਦ ਅਜ਼ਾਨ ਤੋਂ ਬਾਅਦ ਇਹਨਾਂ ਨਮਾਜ਼ ਪੜ੍ਹਨੀ ਹੈ, ਨਮਾਜ਼ ਪੜ੍ਹ ਕੇ ਤੇ ਫਿਰ ਪਿੰਡਾਂ ਦੇ ਤਸ਼ਰੀਫ ਲੈ ਆਇਆ ਜੇ। ਮਜਲਿਸ ਜਾਰੀ ਹੈ, ਸਾਰੀ ਇਹ ਵਕਫਾ ਨਹੀਂ ਤੇ ਜਿਹਨਾਂ ਲੰਗਰ ਹੁਸੈਨੀ ਤਨਾਵਲ ਫਰਮਾਉਣਾ ਇੰਤਜ਼ਾਮੀਆ ਨਾਲ ਤਾਵਨ ਕਰਨ ਔਰ ਇੰਤਜ਼ਾਮੀਆ ਉਹਨਾਂ ਨੂੰ ਮਖਸੂਸ ਰਸਤੇ ਦੇ ਜ਼ਰੀਏ ਲੈ ਜਾਏ ਜੀ। ਜਿਹੜੇ ਹਜ਼ਰਤ ਤਸ਼ਰੀਫ ਫਰਮਾ ਉੱਚੀ ਆਵਾਜ਼ ਨਾਲ ਸਲਵਾਤ ਪੜ੍ਹ ਲਓ। ਆਓ ਬਿੱਲਾ
ਸ਼ੈਤਾਨ ਲਈ ਨਰਜੀ ਬਿਸਮਿਲ੍ਲਾਹਿ ਰਹਿਮਾਨ ਰਹੀਮ ਯਾ ਅਲੀ ਤੂੰ ਹੈ ਮੇਰਾ ਇਮਾਮ ਮੋਮਿਨ ਮੁਨਾਫਿਕ ਦੀ ਪਹਿਚਾਣ ਅਲਹਮਦੁਲਿਲਾਹ ਰਬਿਲ ਆਲਮੀਨ ਵਲ ਆਕਿਬਤੁ ਲਿਲ ਮੁਤਕੀਨ ਵਜੰਨਤੁ ਲਿਲ ਮੂਮਿਨੀਨ ਵਨਾਰ ਵਲ ਕਾਫਰੀਨ ਵਲ ਨਾਫਕੀਨ ਅਸਲਾਤੁ ਵਸਲਾਮੁ ਅਲਾ ਮਨ ਕਾਨਾ ਨਬੀਆਂ ਵਾ ਆਦਮੁ ਬੈਨਾ ਅਲ ਮਾਇ ਵਤੀਨ ਸਲਵਾ ਗੁਨਾਹ ਮਾਫ ਹੋਣ ਸਲਵਾਤ ਪੜ੍ਹਨ ਨਾਲ ਉੱਚੀ ਸਲਵਾਤ ਪੜ੍ਹੋ ਪੜਦਾ ਪਿਆ
بیٹھی ہے
ਜਿਹੜਾ ਬੰਦਾ ਆਖਦਾ ਮੈਂ ਮਹਿੰਦੀ ਹਾਂ ਮਜਲਸੀ ਤੇ ਮੇਰੇ ਕੋਲ ਰੋਵਣ ਨਹੀਂ ਆਉਂਦਾ, ਰੋਵਣ ਵਾਸਤੇ ਹੁੰਦੇ ਲਫ਼ਜ਼ ਹੀ ਨਗਰ ਹੈ ਕਰ ਸਕੀਂ ਤਾਂ ਮੇਰੀ ਸੈਨ ਸਰ ਤੇ ਬੋਸਾ ਲੈ ਕੇ ਆ ਜੀ ਮੇਰੀ ਧੀ, ਇਹ ਜੋ ਖੈਮਾਂ ਕੋ ਅੱਗ ਲੱਗ ਗਈ ਏ ਤੇ ਖੁਦਕੁਸ਼ੀ ਦੀ ਮੌਤ ਹਰਾਮ ਏ, ਤੁਸਾਂ ਬਹਿਰਾ ਵਜੋ ਮੰਡਿਆ ਲਿਓ ਬਾਕਿਰ ਦੀ ਮਾਂ ਫੁੱਫੀ ਦੇ ਕਦਮਾਂ ਤੇ ਮੱਥਾ ਮਾਰ ਕੇ ਆ ਦੀ ਫੁੱਫੀ ਆ ਰਹੀ ਆ ਤੂੰ ਦੱਸ ਕਿਵੇਂ ਆਵਾਂ, 5 ਮਿੰਟ ਪਹਿਲੇ ਅਕਬਰ ਬੇਲਾ ਦਾ ਕਾਤਿਲ ਮੇਰੀ ਚਾਦਰ ਲੁੱਟ ਗਈ ਹੈ ਜੀਓ ਹਮੇਸ਼ਾ। ਹਾਂ ਕਿਵੇਂ ਬਣਦਾ ਹੈ ਤੁਹਾਡੀ ਅਦਾਕਾਰੀ ਦਾ ਜੀ ਬਿਸਮਿਲਲਾ, ਅਮਾ ਕਿਵੇਂ ਆਵਾਂ ਮੇਰੇ ਸਰ ਤੇ ਚਾਦਰ ਕੋਈ ਨਹੀਂ। ਇਹ ਜੁਮਲੇ ਜਿਹੜੇ ਅਗਲੇ ਸੁਣਾਉਣੇ ਵੀ ਮੇਰੇ ਬਾਬੇ ਉਹਨਾਂ ਦੇ ਮੌਲਾ ਉਹਨਾਂ ਦੇ ਦਰਜਾਤ ਬੁਲੰਦ ਫਰਮਾਵੇ, ਲੱਗ ਕੇ ਲੱਗੇ ਮੰਨਣ ਤੇ ਯਾਦ ਰੱਖੇ ਲਫ਼ ਛੋੜ ਮੰਨਣ ਦਰਜਾਤ ਬੁਲੰਦ ਮੇਰੇ ਬਾਬੇ ਉਹਨਾਂ ਦੇ ਉੱਪਰ ਮਹਿੰਦੇ ਲਾਉਂਦੇ ਹਨ। ਕਾਇਨਾਤ ਦੀ ਵੱਡੀ ਸਾਬਰਾ ਠੀਕ ਸਬਰ ਲਿਆਉਣ ਵਾਸਤੇ ਸਰ ਤੇ ਬੋਸਾ ਲੈ ਕੇ ਆ ਦੀ ਆ ਨਾ ਤੇਰੀ ਆਪਣੀ ਮਰਜ਼ੀ, ਇੱਕ ਦਫ਼ਾ ਮੈਡੋ ਇੱਕ ਚਾਦਰ ਤਾਂ ਮੇਰੇ ਵਿਰਾਹ ਦਾ ਕਾਤਿਲ ਹੀ ਮੇਰੀ ਲੁੱਟ ਗਈ ਤੇ ਚਾਦਰ ਮੈਂ ਵੀ ਲੁਟਵਾਈ ਖਣੀ ਹਾਂ। ਅੱਜ ਕਰਬਲਾ ਦੀ ਖਾਕ ਕੋ ਮੈਂ ਆਪਣੀ ਤਤਹੀਰ ਬਣੀ ਖਣੀ ਹਾਂ, ਤੁਸਾਂ ਬਹਿਰ ਬੁੱਕ ਮਿੱਟੀ ਦਾ ਫਰਕ ਹੈ ਦੀ ਦੇ ਸਰ ਤੇ ਸੜ ਕੇ ਫਰਮਾਨਾ ਮੇਰੀ ਦੀ ਅੱਜ ਇਹ ਖਾਕ ਆਪਣੀ ਤਤਹੀਰ ਸਮੇਂ ਚ ਮੇਰੀ ਸੈਨ ਆਦੀ ਅੰਮਾ ਚਲੋ ਇਹ ਖਾਕ ਉੱਤੇ ਪਰਦਾ ਬਣਾਵਾਂ ਤੇ ਵਾਲ ਕਿਵੇਂ ਕੱਢਾਂ, ਆਂਦੀ ਵਾਸਤੇ ਨਾ ਖੈਮਾਂ ਦੇ ਦਰ ਤੇ ਬੈਠੇ ਮੇਰਾ ਵਾਰਿਸ ਸੈਯਦ ਸਜਾਦ ਤੇ ਸਜਾਦ ਮੇਰੇ ਵਾਲ ਅੱਜ ਤੱਕ ਖੁੱਲੇ ਹੋਏ ਨਹੀਂ ਦਿੱਤੇ। ਉਹ ਬਦਨਸੀਬ ਬੰਦਾ ਜੇ ਹੈ ਨਹੀਂ ਹੁਣ ਪੜਦਾ ਵੀ ਆ ਨਾ ਮੇਰੇ ਤੋਂ ਪਹਿਲੇ ਮੇਰਾ ਫੇਰਾ ਜੋ ਮਾਂ ਮੱਸਾ ਕਰਨ ਵਾਸਤੇ ਸਰ ਤੋਂ ਚਾਦਰ ਹਟਾਈ ਤੇ ਦੀਦ ਪੈ ਗਈ ਉੱਤੇ ਪਿਓ ਕੋ ਆਖਿਆ ਬਾਬਾ ਦੁਆ ਮੰਗ ਇੱਥੇ ਹੀ ਮਰ ਵਰਨਾ। ਹੁਣ ਮੈਂ ਕੋ ਤੁਸੀਂ ਆਪ ਇਨਸਾਫ ਦੇ ਨਾਲ ਲਸੋ ਮੰਡੀ ਆ ਲਿਓ ਗਿਰਦੋ ਨਵਾਜ ਸ਼ਰੀਫ ਅਦਾਦਾਰ ਜੇ ਆਪਣੀ ਮਹਿਕੂਮਾਂ ਦੇ ਖੁੱਲੇ ਹੋਏ ਵਾਲ ਕਦਾਂ ਨਾ ਡਿੱਠੇ ਉਹ ਅੱਲਾ ਦੀ ਗੈਰਤ ਬਗੈਰ ਚਾਦਰਾਂ ਦੇ ਮਾਂ ਤੇ ਭੈਣਾਂ ਕੋ ਬਾਜ਼ਾਰਾਂ ਚ ਕਿਵੇਂ ਡਿੱਠੋ ਬੁਲਾਏ ਨਹੀਂ। ਅੱਲਾ ਦੀ ਗੈਰਤ ਦਾ ਨਾਂ ਹੈ ਸੈਯਦ ਸਜਾਦ ਤੇ ਸਜਾਦ ਆਮ ਨਹੀਂ, ਸਜਾਦ ਹੀ ਤਾਂ ਇਹੀ ਹੈ ਨਾ ਕਿਉਂ ਬਈ ਹਿੰਸਾ ਹੈ ਸਾਰੇ ਲਈ। ਅਕਬਰ ਅਸਗਰ ਸਜਾਦ ਜ਼ੈਨੁਲ ਆਬਦੀਨ ਇਹ ਨਾਮ ਨਹੀਂ ਇਹ ਅਲਕਾਬ ਹੈ। ਕਹਿੰਦਾ ਜੇ ਮੌਲਾ ਹੁਸੈਨ ਕੋਲ ਪੁੱਛਾ ਜੇ ਮੌਲਾ ਤੁਸਾਂ ਸਾਰੇ ਪੁੱਤਰਾਂ ਦਾ ਨਾਂ ਅਲੀ ਕਿਉਂ ਰੱਖੇ, ਫਰਮਾਇਆ ਨੇ ਮੇਰੇ 100 ਪੁੱਤਰ ਹੋਵੇ ਨਾ ਮੈਂ ਨਾਂ ਵੱਧ ਵੀ ਅਲੀ ਰੱਖਾਂ, ਧੀਆਂ ਮੇਰੀਆਂ 100 ਹੋਵੇ ਨਾ ਮੈਂ ਆਪਣੀ ਮਾਂ ਪਾਕ ਦੇ ਨਾਮ ਤੇ ਰੱਖਾਂ। ਸੁਣਦੇ ਬੈਠੇ ਜਦੋਂ ਪਹਿਲੀ ਪੇਸ਼ੀ ਆਈ ਨਾ ਜਵਾਨੋ ਸਾਦਾਤ ਦੀ ਸ਼ਾਮ ਦੇ ਵਿੱਚ ਤੇ ਪਈ ਹੈ ਯਜ਼ੀਦ ਕਮੀਨੇ ਦੀ ਨਿਗਾਹ ਸੈਯਦ ਸਜਾਦ ਤੇ, ਇਹ ਕਮੀਨਾ ਸ਼ਿਮਰ ਦੋ ਇਹ ਕਿ ਆ ਲੈ ਜ਼ਾਲਿਮ ਡਰ ਤੋ ਤੋ ਕੋਈ ਕੋਲ ਇਤਨਾ ਆ ਜੋ ਕਰਬਲਾ ਦੇ ਮੈਦਾਨ ਹੀ ਤੁਸਾਂ 6 ਮਹੀਨਿਆਂ ਦੇ ਅਲੀ ਕੋ ਇੱਕ ਦਫ਼ਾ ਨਹੀਂ 3 ਦਫ਼ਾ ਮਰ ਰਹੇ, ਵੱਧ ਇਹ 24 ਸਾਲਾਂ ਦਾ ਅਲੀ ਜਿੰਦਾ ਮੇਰੇ ਸਾਹਮਣੇ ਕਿਵੇਂ ਗਿਆ। ਸੁਣਦੇ ਬੈਠੋ ਇਹ ਡਰ ਆਈ ਇਹ ਖੌਫ ਹੋਈ ਸਜਾਦ ਦਾ ਹੈ ਕਰ ਸਕੇ ਤਾਂ ਲਿਖਣ ਵਾਲਾ ਬੇਗੁਲਾਮ ਬਾਦ ਤੋਂ ਸੋਹਣਾ ਲਿਖਿਆ ਡਰਦਾ ਥਾ ਇਤਨਾ ਸੈਯਦ ਸਜਾਦ ਸੇ ਯਜ਼ੀਦ ਬਿਮਾਰ ਕੋ ਵੀ ਨਾ ਰੱਖ ਸਕਾ ਜ਼ੰਜੀਰ ਕੇ ਬਵੈ, ਭਾਵੇਂ ਜੋ ਜ਼ੰਜੀਰਾਂ ਛਾ ਇਹ ਖੌਫ ਹੈ ਹੁਸੈਨ ਦੇ ਬਚੜੇ ਦਾ। ਯਾਦਾ 24 ਸਾਲਾਂ ਦਾ ਅਲੀ ਜਿੰਦਾ ਮੇਰੇ ਸਾਹਮਣੇ ਕਿਵੇਂ ਕਹਿੰਦਾ ਵੇ ਸੋਹਣੀ ਹੈ ਕੀਤੀ ਵੇ ਮੈਂ ਰੂਹ ਸਤਨਾ ਪਈਆਂ ਚ ਪੜਦਾ ਲਿਖਣ ਵਾਲਾ ਹੈ ਬਾਬਾ ਜੀ ਸਿੰਧ ਤੋਂ ਨੂਆ ਖਾਨ ਹੈ ਨਾ ਹੋਵੇ ਅਲੀ ਇਸ ਨਾ ਹੀ ਵਾਸਤੇ ਚੈਮ ਖਾਸ਼ਕ ਨਾ ਬਣਦਾ ਮੂੰਹ ਲਗਾਤਾਰ ਦੁਆ ਕਰ ਛੁੜੇ ਹੇ ਸਿੰਧ ਦਾ 17 ਸਰੇਕੀ ਦੇ ਲਿਖੀਆਂ ਮੇਰੇ ਪੜ੍ਹਨ ਵਾਸਤੇ ਤੁਹਾਡੇ ਮਾਤਮ ਵਾਸਤੇ ਕਾਫੀ ਹੈ। ਜਿਹੜੇ ਵੇਲੇ ਅਲੀ ਦਾ ਕਹਿਣਾ 24 ਸਾਲਾਂ ਦਾ ਅਲੀ ਜਿੰਦਾ ਮੇਰੇ ਸਾਹਮਣੇ ਕਿਵੇਂ ਗਿਣਦਾ ਵੇ ਸ਼ਿਮਰ ਆਦੇ ਅਗਰ ਇਨਾਮ ਵਿੱਚ ਇਜ਼ਾਫਾ ਕਰੇ
ਮੈਂ ਭੈਣਾਂ ਦੇ ਸਾਹਮਣੇ ਹੁਣੇ ਦਾ ਸਰ ਕਲਮ ਕਰ ਲੈਂਦਾ। ਯਜ਼ੀਦ ਅਲੈ ਦੀ ਇਹ ਸਦਾ ਨਹੀਂ, ਇੱਕ ਕਤਲ ਨਹੀਂ ਕਰਨਾ। ਸ਼ਿਮਰ ਅਲੈ ਵੱਦ ਕਿਆ ਕਰਨਾ ਹੈ, ਕਮੀਨਾ ਹੱਸ ਗਿਆ ਦੈ ਤਲਵਾਰ ਦੇ ਨਾਲ ਇੱਕੋ ਨਾ ਮਾਰੋ, ਇਹ ਗੈਰਤ ਦਾ ਵੀ ਮਾਰੇ ਕਮੀਨਾ ਦੈ ਕੋ ਕਦਮ ਕਦਮ ਤੇ ਮਾਰਨਾ ਹੈ, ਇਹਦੀ ਮਾਂ ਖਿਨ ਆਓ ਪਾਲਾ ਤੁਹਾਡੀ ਜ਼ਿੰਦਗੀ ਹੋਵੇ। ਯਕੀਨਨ ਜੀ ਬਿਸਮਿਲਾ, ਜੀ ਬਿਸਮਿਲਾ, ਨੌਕਰ ਤਲਵਾਰ ਦੇ ਨਾਲ ਇੱਕੋ ਨਾ ਮਾਰੋ, ਇਹ ਗੈਰਤ ਦਾ ਵੀ ਮਾਰੇ ਇੱਕੋ ਕਦਮ ਕਦਮ ਤੇ ਮਾਰਨਾ ਹੈ, ਇਹਦੀ ਮਾਂ ਖਿਨ ਆਓ ਪਾਲਾ। ਹੁਣ ਤਾਂ ਰਸਤੇ ਖੁੱਲ ਗਏ ਸ਼ਾਮ ਦੇ, ਹਾਂ ਜਿਹੜੇ ਨਹੀਂ ਵੇ ਗਏ ਸਹੀ ਆਦਾਂ ਆਪ ਹੀ ਅਮਨ ਨਮਾ ਤੋਂ ਕੋ ਨਗਰੀ ਵੰਜ ਲਿਖਾ। 2011 ਚ ਆਖਰੀ ਦਫ਼ਾ ਮੈਂ ਸ਼ਾਮ ਗਿਆ ਤੇ ਬੜਾ ਔਖਾ ਬੰਦਾ ਰੋਂਦਾ ਜਿਹੜੇ ਵੇਲੇ ਬੰਦਾ ਬਾਜ਼ਾਰ ਸ਼ਾਮ ਵਿੱਚ ਦਾਖਲ ਥੀਂਦਾ ਹੈ। 500 ਦੇ ਲਗਭਗ ਕਿਉਂਕਿ ਸਾਰੇ ਕਾਫਲੇ ਨਾਲ ਜਮ੍ਹਾਂ ਹੈ ਤਾਂ ਸਾਰੇ ਇਕੱਠੇ ਥੀ ਕੇ ਗਏ ਆ। 500 ਦੇ ਲਗਭਗ ਅਦਾਸ ਦਾ ਜੇ ਨਾਲ ਹੈ, ਨੂਆ ਖਾਨਾ ਨੂਆ ਪੜਾ ਤੇ ਮਾਤਮੀਆਂ ਮੂੰਹ ਦਾ ਮਾਤਮ ਕੱਢਾ, ਉਹਨਾਂ ਨੂਆ ਇਹ ਬੜਾ ਬਾਜ਼ਾਰ ਦਾ ਪੰਧ ਕੋਈ ਸੌਖਾ ਹੈ, ਪੁੱਛ ਭੀੜ ਬਾਜ਼ਾਰ ਮੋਹਾਲੀ ਤੋਂ, ਇਹ ਉਹਲੇ ਦਾ ਮਰ ਗਿਆ ਹੈ ਜਦਾਂ ਲੱਥੀ ਇਹ ਸੈਨ ਸਵਾਰੀ ਤੋਂ। ਮਿੰਬਰ ਦੀ ਕਸਮ ਮੈਂ ਮਾਂ ਕੋ ਉਠ ਤੋਂ ਲਾਂਦਾ ਦੇਖ ਕੇ ਮਰ ਗਿਆ ਸੈਯਦ ਸਾਹਿਬ ਜੀ ਬਿਸਮਿਲਲਾ। ਹਕੀਆਂ ਬਣਦਾ ਤੁਹਾਡੀ ਗੱਲ ਆਦਾ ਮੈਂ ਦੇ ਦੱਪੀਆਂ, ਜਿਹੜੇ ਪਹਿਲੇ ਲਵ ਤੋਂ ਮੇਰੇ ਨਾਲ ਤਕਰੀਬਨ ਹਰ ਰੱਖਦਾ ਵਜ਼ੂ ਹੋ ਗਿਆ ਤੇ ਮਨ ਦਾ ਇਹ ਮੇਰਾ ਆਖਰੀ ਤਜਰਬਾ ਹੁੰਦੀ ਵੀ ਔਖੀ ਰੋਣ ਲਈ ਜਿਹੜੀ ਤੁਸਾਂ ਬੋਰ ਕੀਤੀ ਬੈਠੇ ਡੁੱਬ ਪਾਉਂ ਡੇਰ ਸੈਯਦ ਸਜਾਦ ਤੇ ਮੈਂ ਪੜਦਾ ਰਹਾਂ। ਇਹ ਦਿਨ ਥੋੜੇ ਇਹ ਰਾਤਾਂ ਥੋੜੀਆਂ, ਹੁਸੈਨ ਦੇ ਰੱਤ ਰੋਣ ਵਾਲੇ ਤੇ ਬੱਚੜੇ ਦੇ ਦੁੱਖ ਬਹੁਤ ਢੇਰ ਹੈ, ਮੈਂ ਚੰਦ ਦੁੱਖ ਦੱਸਣ ਤੁਸਾਂ ਰੋ ਪਏ। ਹੁਣ ਬਾਬਾ ਜੀ ਮੈਂ ਇੱਕ ਸਵਾਲ ਦਾ ਜਵਾਬ ਇਹਨਾਂ ਕੋਲ ਮੰਗਣਾ ਤੇ ਸਹੀਆ ਦਾ ਇਤਨਾ ਯਕੀਨ ਰੱਖਦਾ ਜਵਾਬ ਮੂੰਹ ਚੋਂ ਨਾ ਨਿਕਲਾ, ਅੱਖਾਂ ਚੋਂ ਮੋਤੀ ਬਣ ਕੇ ਨਿਕਲ ਕੋ ਸੀ। ਸਹੀਆ ਦਾ ਸਿਆਦ ਨਾਲ ਮੰਡੀ ਬਾਉਦੀਨ ਤੇ ਸ਼ਰੀਫ ਅਦਾਦਾਰੋ ਪੁੱਛਦਾ ਤੁਹਾਡੇ ਕੋਲ ਮੈਂ ਇਤਨਾ ਆ ਜਾਏ, ਇਤਨੇ ਦੁੱਖ ਤੇ ਮੁਸੀਬਤਾਂ ਡਿੱਠੀਆਂ ਹੈ, ਉਹ ਜ਼ਾਰ ਜੋਗਾ ਬਚ ਗਿਆ। ਮੈਂ ਕੋਈ ਦੇਰ ਤਾਂ ਨਹੀਂ ਲਈ, ਉਹ ਆਖਰੀ ਅਦਾਦਾਰ ਜਿਹੜੇ ਚੁੱਪ ਕਰ ਗਏ ਉਹ ਬਚ ਗਿਆ। ਮੈਂ ਕੋ ਮਿੰਬਰ ਦੀ ਕਸਮ ਹੈ ਤਾਂ ਇਤਨਾ ਕਮਜ਼ੋਰ ਆਈ, ਨਮਾਜ਼ ਵਾਸਤੇ ਖੜਾ ਥੀ ਵਿਆ ਤੇ ਆਵਾਜ਼ ਜੋ ਚੱਲ ਪਵਿਆ ਤਾਂ ਸਿਰਫ ਕੱਪੜੇ ਨਹਿ ਹਿਲਦੇ ਪੂਰਾ ਬਦਨ ਹਿਲਦਾ। ਤੇ ਜਿਹੜਾ ਕਹਿਦਾ ਛੁੱਟੀਆਂ ਇਹ ਵੀ ਮੇਰੇ ਤੋਂ ਪਹਿਲੇ ਪਣਾ ਨਾਲਾ ਪੜ ਗਈ ਅਸਣ ਦਾ ਆਸ਼ਮ ਜੋ ਸਜਾਦ ਆਖੇ ਜੋ ਮੇਰੇ ਲੇਵਰ ਲਾਹੋ ਮੇਰੀ ਬਹਿਣ ਦੀ ਕਬਰ, ਮੈਂ ਤਾਂ ਉਹਦੀਆਂ ਰੱਸੀਆਂ ਨਾ ਖੋਲ ਸਕਾਂ, ਤੋਣੇ ਉਹ ਤਾਂ ਮੇਰੇ ਲੇਵਰ ਲਾਉਂਦੇ ਦੇਖ ਚਾਰ ਦੀ ਪਈ ਰਿਵਾਇਤ ਕਰੇ ਅਸਾਂ ਜੱਡਣ ਸਜਾਦ ਦੇ ਲੇਵਰ ਲੈਣ ਅਸਾਂ ਸੀਨੇ ਤੋਂ ਤੌਕ ਲਾ ਕੇ ਕੱਪੜਾ ਚਾਹ ਕੇ ਡਿੱਠਾ ਤਾਂ ਸੀਨੇ ਤੋਂ ਗੋਸ਼ਤ ਮੁੱਕ ਗਿਆ ਹੈ। ਕੱਲ ਛੋੜੋ ਤੁਹਾਡੇ ਬਸ ਗੋਸ਼ਤ ਮੁੱਕ ਗਿਆ, ਸੀਨੇ ਵਾਲੀ ਹੱਡੀ ਨਜ਼ਰ ਪਈ ਆ ਗਈ, ਵੱਧ ਵੀ ਕੋਈ ਹਾਲੇ ਤੱਕ ਨਿਵੇਰ ਹੋ ਸਕੇ। ਪੁੱਛ ਕੇ ਨਾ ਉਲਮਾਏ ਕੋਲ ਮੇਰੇ ਜਿਤਨੇ ਮਸਮੂਮ ਇਮਾਮ ਹੈ, ਇਹ ਜੁਮਲਾ ਆਖਣ ਤੋਂ ਪਹਿਲੇ ਸਯਦਾਂ ਕਹਿੰਦਾ ਦਿਲ ਰੁਖੇ ਮਾਫ ਚੱਕਰ ਹੈ ਸਯਦ ਸਾਹਿਬ, ਜਿਤਨੇ ਮਸਮੂਮ ਇਮਾਨ ਜਿਨ੍ਹਾਂ ਕੋ ਜ਼ਾਹਰ ਮਿਲੀ ਹੈ, ਅਗਰ ਭਾਵੇਂ ਜੋ 14 ਸਾਲ ਜ਼ਿੰਦਾਂ ਵਿੱਚ ਖੜਾ ਰਿਹਾ ਅੱਲਾਹ ਦਾ ਬਾਬਾ, ਜ਼ਾਹਰ ਮਿਲੀ ਹੈ ਤਾਂ ਖੂਨ ਦੀਆਂ ਉਲਟੀਆਂ ਹੀ ਆਈਆਂ ਹਨ, ਜਿਗਰ ਦੇ ਟੁਕੜੇ ਕਬੀਜ ਕੇ ਬਹਿਰ ਆਏ ਹਨ, ਹੱਸਾਂ ਗੁਜ਼ਾਰ ਮਿਲੀ ਇਹ ਤਾਂ ਭੇਣੀ ਜਿਗਰ ਦੇ ਟੁਕੜੇ ਹੱਥਾਂ ਤੇ ਚੱਲੀਆਂ। ਮੈਂ ਕੋ ਗਾਜ਼ੀ ਦੇ ਅਲਮ ਦੀ ਕਸਮ ਹੈ, ਮੈਂ ਕੋ ਮੇਰੀ ਸੈਨ ਦੀ ਬੇਗੁਨਾਹ ਸ਼ੀਰੀ ਦੀ ਕਸਮ ਹੈ, ਸਾਰਿਆਂ ਦੇ ਜਿਗਰ ਦੇ ਟੁਕੜੇ ਬਹਿਰ ਆਏ, ਸਜਾ ਤਾਂ ਹੀ ਕੋਈ ਨਹੀਂ ਆਇਆ। ਇਹੋ ਜੁਮਲਾ ਮੈਂ ਵਿਲੋਟ ਪੜਾ ਇੱਕ ਸਯਦ ਆ ਤਾਂ ਉੱਟੀ ਗੜੇ ਤੇ ਉਹ ਆ ਗਿਆ ਹੁਣ ਤਾਂ ਫਿਰ ਜ਼ਿੰਦਗੀ ਹੋ ਗਈ ਸਾਡੀ ਵੀ ਸੁਣ, ਮੈਂ ਅੱਗੇ ਹੁਕਮ ਕਰੋ ਅੱਗੇ ਸਯਦ ਆ ਤਾਂ ਇਹਦੇ ਚੁੱਕੇ ਜਿਗਰ ਦੇ ਟੁਕੜੇ ਬਹਿਰ ਹੀ ਵਾਸਤੇ ਨਹੀਂ ਆਏ ਜੋ ਇਹਦਾ ਜਿਗਰ ਬਾਜ਼ਾਰ ਖਾ ਗਿਆ, ਤੁਹਾਡੀ ਜ਼ਿੰਦਗੀ ਹੋ ਗਈ ਆਵਾਜ਼।
ਇਹਦਾ ਜਿਗਰ ਨੇ ਟੁਕੜੇ ਦਰਬਾਰ ਖਾ ਇਹ ਮੇਰੇ ਬਿਰਾਈ ਜੀ ਬਿਸਮਿਲ੍ਲਾਹ ਬਸ ਕੋਈ ਇੰਤਜ਼ਾਰ ਨਹੀਂ ਆਖਰੀ ਲਫ਼ਜ਼ ਇੱਕ ਵੈਂਡ ਸੁਣਾਵਣੀ ਲਦਰੋਂ ਵਾਲੇ ਦੀ ਗੁਰਬਤ ਦੇ ਤੇ ਤੁਸਾਂ ਵੀ ਅਲਾਦਾ ਮੈਂ ਅਲਾਦਾ ਪਿਓ ਦਾ ਪੁੱਤਰਾਂ ਕਦਾਂ ਮਿੰਬਰ ਦੀ ਕਸਮ ਹੈ ਜਿਹਨਾਂ ਨੇ ਵੀ ਹਾਜ਼ਰੀ ਕੀਤੀ ਹੈ ਕੋਈ ਲਾਲਚ ਰੱਖ ਕੇ ਨਹੀਂ ਫਕਤ ਮੋਮਿਨ ਅਲਾਦਾਰਾਂ ਦੀ ਦੁਆ ਦੀ ਜ਼ਿੰਦਗੀ ਦਾ ਕੋਈ ਪਤਾ ਨਹੀਂ ਕਾਇਮ ਮੋੜ ਤੇ ਮੁੱਕ ਵੰਨੇ ਵੱਤ ਬਹਿਣ ਬੇਰਾਵਾਂ ਦੇ ਮੱਥੇ ਹੀ ਤਲਕਦੇ ਜ਼ਿੰਦਗੀ ਹੋਵੇ ਇਹਦਾ ਰੋਣ ਇਹਦੀ ਬਹਿਣ ਦੀ ਅਸਰਤ ਤੇ ਸੋਹਣੀ ਦੁਕਾਨ ਦੇ ਬੈਠੇ ਹੋ ਹਜ਼ਾਰ ਦਫ਼ਾ ਬੰਦਾ ਇਹ ਦੁਨੀਆਂ ਤੋੜੀ ਦੀ ਬਹਿਣ ਦੀ ਅਸਰਤ ਜੇ ਕੋ ਆਪਣੇ ਪੀਵਣ ਵਾਸਤੇ ਪਾਣੀ ਮਿਲੇ ਹਾ ਆਪ ਨਹੀਂ ਪੀਂਦੀ ਫਿਰਾ ਤੇ ਤਪਦੇ ਤੌਕਾਂ ਦੇ ਸਕਣ ਜ਼ਿੰਦਗੀ ਹੋਵੇ ਦੋ ਰਿਸ਼ਤੇ ਉਹਦੀ ਦਾਤ ਇਹੋ ਜਿਹੀਆਂ ਖਲਕ ਕੀਤੇ ਭਾਵੇਂ ਕੋਈ ਬੁਰਾ ਸ਼ਖਸ ਦੁਨੀਆਂ ਤੋਂ ਟੁਰ ਵੰਨੇ ਨਾ ਉਹ ਦੋ ਰਿਸ਼ਤੇ ਹੁਸਨ ਤੇ ਰੋਸਨ ਉਹ ਦੋ ਰਿਸ਼ਤੇ ਕਿਹੜੇ ਨੇ ਇੱਕ ਧੀ ਇੱਕ ਭੈਣ ਧੀ ਹੋਸੀ ਪਿਓ ਕੋ ਰੋਸੀ ਇਵੇਂ ਆਖਰੀ ਅਦਾਦਾਰ ਤੱਕ ਭਾਵੇਂ ਪਿਓ ਜਾਇਦਾਦ ਵਿੱਚ ਹਿੱਸਾ ਹੀ ਨਾ ਦੇਵੇ ਪਹਿਲੇ ਤਾਂ ਦਰ ਦੀ ਜਾ ਹੈ ਸਈਦਾਂ ਤੁਹਾਡੀ ਮਿੰਨਤ ਕਰੇ ਸਾਂ ਧੀ ਭੈਣ ਦਾ ਹੱਕ ਦਿੱਤਾ ਕੋ ਅੱਜ ਅਸਾਂ ਆਪ ਦੀ ਭੈਣ ਦਾ ਹੱਕ ਨਾ ਦੇ ਤੂੰ ਬਸ ਸਾਡਾ ਕੋਈ ਹੱਕ ਨਹੀਂ ਬਣਦਾ ਅਸਾਂ ਸਹਿਣ ਦੇ ਹੱਕ ਦਾ ਇਤਜਾਜ ਕਰੋ ਵਾਦਾ ਸੀ ਉਹਨਾਂ ਚ ਉਥਾ ਹੈ ਨਾ ਜਿਹਨਾਂ ਹੱਕ ਨਹੀਂ ਦਿੱਤਾ ਬਸ ਸਾਡਾ ਰੋਣ ਦਾ ਕੋਈ ਹੱਕ ਨਹੀਂ ਬਣਦਾ ਕੋਈ ਪਿਓ ਧੀ ਕੋ ਹੱਕ ਨਾ ਹੀ ਦੇਵੇ ਨਾ ਬਈ ਨਾ ਭਾਵੇਂ ਪਿਓ ਦੀ ਜਾਤੀ ਉਸੀ ਜੋ ਹੱਕ ਨਹੀਂ ਦਿੱਤਾ ਕੋਈ ਤੀਸਰਾ ਬੰਦਾ ਉਸ ਧੀ ਤੇ ਸਵਾਲ ਕਰੇ ਜੋ ਤੈਨੂੰ ਹੱਕ ਨਹੀਂ ਨਾ ਦਿੱਤਾ ਯਾਦ ਰੱਖਾ ਮੰਡਿਆ ਲਿਓ ਆਪਣਾ ਸਰ ਚੁੱਕੇ ਸੀ ਪਿਓ ਦਾ ਸਰ ਨਾ ਚੁੱਕਣ ਦੇ ਸੀ ਆਪਣਾ ਸਰ ਚੁੱਕਾ ਕੇ ਧੀ ਆਖੀ ਗਿੱਲੇ ਨੱਡੇ ਉਹ ਡੀਂਦੇ ਹੈਂ ਮੈਂ ਆਪ ਨਹੀਂ ਮੈਂ ਉਹਨਾਂ ਦੀ ਜਾਇਦਾਦ ਦੀ ਲੋੜ ਨਹੀਂ ਮੈਂ ਕੋ ਨੱਡੇ ਸੀ ਤਾਂ ਮੇਰੇ ਵਿਰਾਮ ਕੋ ਜਡੇ ਸੀ ਉਹ ਵੀ ਤਾਂ ਮੇਰਾ ਮਾਂ ਦੂਸਰਾ ਰਿਸ਼ਤਾ ਤੇ ਕਾਇਨਾਤ ਦਾ ਅਜ਼ੀਮ ਰਿਸ਼ਤਾ ਭੈਣ ਤੇ ਵਿਰਾ ਯਾਦ ਰੱਖਾ ਹੈ ਭੈਣ ਬਾਹਾਂ ਚ ਵਿਰਾ ਈਦ ਅਲੀ ਕੰਡ ਕਰਕੇ ਗੁਜ਼ਰ ਵੰਜੇ ਨਾ ਭੈਣ ਹੋਸੀ ਫਿਰਾ ਹੋਸੀ ਪਹਿਲਾ ਵੈਣ ਸੁਣਦਾ ਪਿਆ ਸੁਣਾਉਣੀ ਲੱਤ ਰੋਣ ਵਾਲੇ ਦੀ ਗੁਰਬਤ ਤੇ ਜਿਹੜੇ ਪਹਿਲੇ ਲਫ਼ਜ਼ਾਂ ਤੋਂ ਮੇਰੇ ਨਾਲ ਉਹ ਭੈਣਾਂ ਦੇ ਵੀਰ ਸਮਝਣ ਜਾਂ ਫੇਰਾਵਾਂ ਦੀਆਂ ਭੈਣਾਂ ਜਿਹੜੀਆਂ ਪਰਦੇ ਦੇ ਅੰਦਰ ਸੁਣਦੀਆਂ ਬੈਠੀਆਂ ਸਿਰਾਂ ਦੀਆਂ ਬੈਠੀਆਂ ਜ਼ਾਰ ਮਿਲੀ ਹੋਈ ਹੈ ਮੰਡੀਆ ਲਿਓ ਯਾਰ ਲੱਤ ਰੋਣ ਵਾਲਾ ਅਚਾਨਕ ਆਸਮਾਨ ਦਮੋਂ ਕਰ ਗਿਆ ਤੇ ਮੈਂ ਡਾਲਾ ਸਜਾ
ਕੋਈ ਵਕਤ ਦਰਵਾਜ਼ੇ ਤੋਂ ਟੇਕ ਜਿਹੜਾ ਹਾਜ਼ਰ ਨਾਜ਼ਰ ਦਾ ਕੀਤਾ ਰੱਖ ਕੇ ਜੀ ਹਾਜ਼ਰ ਬੈਠਾ ਬਾਕਰ ਦਰਵਾਜ਼ੇ ਤੋਂ ਡਿੱਠੇ ਖੜ ਨਹੀਂ ਸਕਿਆ ਉੱਥੋਂ ਹੀ ਰੋਣਾ ਸ਼ੁਰੂ ਕਰ ਦਿੱਤਾ ਸਜਾਦ ਆਦਰ ਰੋਂਦਾ ਕਿਉਂ ਹੈ ਆਦਰ ਬਾਬਾ ਕਿਉਂ ਨਾ ਰੋਵੇ ਗੱਲ ਦਾਦਾ ਹੁਸੈਨ ਆਇਆ ਖੜਾ ਹੈ ਬਈ ਵਜਾ ਕੇ ਆਦਰ ਸਜਾਦ ਹਾਲੇ ਥੱਕਾ ਨਹੀਂ ਬਛੜਾ ਮੈਂ ਕਿੰਨਾ ਵਾਸਤੇ ਆਇਆ ਖੜਾ ਥੱਕ ਕੇ ਨਹੀਂ ਸੁਣਦਾ ਪਰ ਮੇਰਾ ਬੱਚੜਾ ਸਿਰਫ ਤੇਰਾ ਦਾਦਾ ਨਹੀਂ ਅੱਜ ਸਾਰੇ ਮੈਂ ਸਜਣ ਕਿੰਨਾ ਵਾਸਤੇ ਆਇਆ ਖਣੇ ਮੇਰੀਆਂ ਚੰਦ ਵਸੀਤ ਬਾਕੇ ਰਾਦਾ ਦਾਦਾ ਕਿਹੜੀ ਵਸੀਅਤ ਸਜਾ ਦਾਦਾ ਮੇਰਾ ਬੱਚੜਾ ਮੇਰੀ ਪਹਿਲੀ ਵਸੀਅਤ ਚੋ ਆਉਂਦੀ ਏ ਉਹ ਰਾਤ ਕੀ ਹੋਈ
شام دا قیدی پاکر دا دادا معصوما دا ویر رات روانا دا سید سجاد نو کفن میں دے امام کو ملن ہونی میں دے بات دا بھینی دے بھیرا کرن پاکر آدے میں دوچا کفن پوائے کفن دا رنگ تبدیل ہوئے پیو دلے کیا دا رات نہ رو آکے دا جنہ دا کفن منگا دیم سجاد